हाँ जी दोस्तों, सत श्री अकाल सारिआं नूं। की हाल चाल ने, स्वागत है तुहाडा अपने चैनल पंजाबी नहंगरी ते। अज दी जिहड़ी अपनी वीडियो आ स्पेन दे रिलेटड आ, स्पेन दे विच जणी इक गुड न्यूज़ आई है। जिहड़े उत्थे वीर रहिंदे आ, स्थाई निवास परमिट वाले जाणी टैंपरेरी जिन्हां कोल रेजीडेंसी परमिट आ उन्हां लई न्यूज़ आ इह। ਤੇ ਪਹਿਲਾਂ ਸਾਰੇ ਜਣੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਤੇ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਵੀਡੀਓ ਤੇ ਕੀ ਜਾਣਕਾਰੀ ਆ। ਤੇ ਹਾਂਜੀ, ਸਪੇਨ ਦੀ ਜਿਹੜੀ ਸਰਕਾਰ ਆ ਉੱਥੇ ਉਹਨਾਂ ਨੇ ਐਲਾਨ ਕਰਿਆ ਵਾ ਜਿਨ੍ਹਾਂ ਕੋਲ ਟੈਂਪਰੇਰੀ ਰੈਜੀਡੈਂਸੀ ਪਰਮਿਟ ਨੇ, ਮਤਲਬ ਉਹ ਟੈਂਪਰੇਰੀ ਮਤਲਬ ਹੁੰਦਾ ਵਾ ਵੀ ਜਿਹੜੇ ਕੱਚੇ ਨੇ, ਜਾਣੀ TRCਆਂ ਨੇ ਇਕੱਲੀਆਂ, ਵੀ PR ਨਹੀਂ ਹੈਗੀ ਜਿਨ੍ਹਾਂ ਕੋਲ, ਹਨਾ ਜਿਵੇਂ ਆ 2 ਸਾਲ ਵਾਲੇ ਹੁੰਦੇ ਨੇ, TRC ਮਿਲ ਜਾਂਦੀ ਆ। ਉਹਦੇ ਰਿਲੇਟਡ ਉਹਨਾਂ ਨੇ ਨਿਊਜ਼ ਦਿੱਤੀ ਆ ਵੀ ਅੱਗੇ ਕੀ ਹੁੰਦਾ ਸੀ, ਰੂਲ ਹੁੰਦਾ ਸੀਗਾ ਵੀ ਤੁਸੀਂ 6 ਮਹੀਨੇ ਤੋਂ ਬਾਅਦ, ਹਨ 6 ਮਹੀਨੇ ਤੋਂ ਵੱਧ ਵੀ ਕਿਤੇ ਹੋਰ ਰਹਿ ਨਹੀਂ ਸਕਦੇ ਸਪੇਨ ਤੋਂ ਬਿਨਾਂ, ਜਿਨ੍ਹਾਂ ਕੋਲ ਜਾਣੀ ਇਹ ਕਾਰਡ ਹੁੰਦੇ ਨੇ ਸਪੇਨ ਦੇ, ਹਨਾ ਵੀ 6 ਮਹੀਨਿਆਂ ਦੇ ਅੰਦਰ ਅੰਦਰ ਜਾਣੀ 4 ਮਹੀਨਿਆਂ ਦੇ ਵਿੱਚ ਵਿੱਚ ਸਪੇਨ ਵਾਪਸ ਆਉਣਾ ਪੈਂਦਾ ਸੀਗਾ, ਚਾਹੇ ਕੋਈ ਛੁੱਟੀ ਚਲੇ ਜਾਂਦਾ ਸੀ ਜਾਂ ਘੁੰਮਣ ਚਲੇ ਜਾਂਦਾ ਸੀ। ਜਾਣੀ ਹੁਣ ਇੱਕ ਖੁਸ਼ੀ ਦੀ ਗੱਲ ਆ ਵੀ ਉਹਨਾਂ ਨੇ ਐਲਾਨ ਕਰਿਆ ਵੀ ਹੁਣ ਤੁਸੀਂ ਚਾਹੇ 6 ਮਹੀਨੇ ਤੋਂ ਵੱਧ ਬਾਹਰ ਦਾ ਬਾਹਰ ਰਹਿੰਦੇ ਹੋ ਕਿਤੇ ਵੀ, ਚਾਹੇ ਘੁੰਮਣ ਜਾਂਦੇ ਹੋ, ਚਾਹੇ ਆਪਣੇ ਦੇਸ਼ ਜਾਂਦੇ ਹੋ, ਹਨਾ ਜਿੱਥੋਂ ਤੁਸੀਂ ਆਏ ਹੋ ਕੰਮ ਕਰਨ ਲਈ, ਉੱਥੇ ਤੁਸੀਂ ਜਾਣੀ 6 ਮਹੀਨਿਆਂ ਤੋਂ ਵੱਧ ਰਹਿ ਸਕਦੇ ਹੋ ਵੀ ਕੋਈ ਚੱਕਰ ਨਹੀਂ ਗਾ, ਵੀ ਜਾਣੀ ਕੋਈ ਉਹਨਾਂ 'ਤੇ ਐਕਸ਼ਨ ਨਹੀਂ ਲਿਆ ਜਾਂਦਾ ਸੀ। ਜੇ ਅੱਗੇ ਤੁਸੀਂ 6 ਮਹੀਨਿਆਂ ਤੋਂ ਵੱਧ ਰਹਿ ਪੈਂਦੇ ਸੀਗੇ ਤਾਂ ਅੱਗੇ ਜਿਹੜਾ ਤੁਹਾਡਾ ਕਾਰਡ ਆ ਰੀਨਿਊ ਨਹੀਂ ਹੁੰਦਾ ਸੀਗਾ। ਹੁਣ ਉਹਨਾਂ ਨੇ ਲਿਆ ਵਾ ਵੀ ਕਿਉਂਕਿ ਉੱਥੇ ਮਜ਼ਦੂਰਾਂ ਦੀ ਉਹਨਾਂ ਨੇ ਕਿਹਾ ਵੀ ਕਾਫੀ ਉਹਨਾਂ ਦਿੱਕਤ ਆ ਰਹੀ ਆ ਵੀ ਤਾਂ ਜੋ ਵੀ ਅੱਗੇ ਪਰਮਿਟ ਵਧਾਏ ਜਾ ਸਕਣ, ਹਨਾ ਵੀ ਮਜ਼ਦੂਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਜਾਣੀ ਇਹ ਇੱਕ ਬਹੁਤ ਵਧੀਆ ਨਿਊਜ਼ ਆਈ ਆ। ਇਹ ਜਿਹੜੇ ਸਥਾਈ ਨਿਵਾਸ ਪਰਮਿਟ ਹੁੰਦੇ ਨੇ ਇਹਦੇ ਵਿੱਚ ਆਪਾਂ ਨੂੰ ਜਦੋਂ ਆਪਾਂ ਲੈਣੇ ਹੁੰਦੇ ਆ ਉਹਦੇ ਲਈ ਇੱਕ ਪਾਸਪੋਰਟ ਆਪਣੇ ਕੋਲ ਵੈਲਿਡ ਹੋਣਾ ਚਾਹੀਦਾ, ਹਨਾ ਤੇ ਪਾਸਪੋਰਟ ਸਾਈਜ਼ ਫੋਟੋਆਂ ਹੋਣੀ ਚਾਹੀਦੀਆਂ ਨੇ ਆਪਣੇ ਕੋਲ, ਇੱਕ ਹੈਲਥ ਇੰਸ਼ੋਰੈਂਸ ਹੋਣਾ ਚਾਹੀਦਾ ਆਪਣੇ ਕੋਲ ਵੈਲਿਡ, ਹਨਾ ਆਪਣੇ ਕੋਲ ਪੁਲਿਸ ਕਲੀਅਰੈਂਸ ਹਨਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਜਿੱਥੇ ਤੁਸੀਂ ਪਿਛਲੇ 6 ਮਹੀਨੇ ਰਹੇ ਹੋ, ਚਾਹੇ ਇੰਡੀਆ ਤੋਂ ਆਏ ਹੋ ਜਾਂ ਉੱਥੇ ਹੀ ਰਹਿੰਦੇ ਸੀਗੇ। ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਵੀ ਜ਼ਰੂਰੀ ਹੁੰਦਾ, ਫਿਰ ਜਾ ਕੇ ਆਪਾਂ ਨੂੰ ਇਹ ਅਸਥਾਈ ਨਿਵਾਸ ਪਰਮਿਟ ਹਨਾ ਉੱਥੇ ਮਿਲਦਾ ਵਾ। ਤੇ 5 ਸਾਲਾਂ ਬਾਅਦ ਜਿਹੜਾ ਹੁੰਦਾ ਵਾ ਆਪਾਂ ਉੱਥੇ PR ਅਪਲਾਈ ਕਰ ਸਕਦੇ ਹੁੰਦੇ ਹਾਂ, ਹਨਾ ਉੱਥੇ ਸਪੇਨ ਦੇ ਵਿੱਚ। ਤੇ ਪਹਿਲਾਂ ਜਾਣੀ ਆਪਾਂ ਨੂੰ ਇਹੀ ਮਿਲਦਾ ਹੁੰਦਾ ਸੀਗਾ ਵੀ, ਕਿਉਂਕਿ ਕੀ ਹੁੰਦਾ ਸੀ ਜੇ ਅੱਗੇ ਆਪਾਂ ਬਾਹਰ ਰਹਿ ਪੈਂਦੇ ਸੀ ਵੀ ਟੈਕਸ ਵਗੈਰਾ ਨਹੀਂ ਭਰਦੇ ਸੀ, 6 ਮਹੀਨੇ ਹੋਰ ਤੋਂ ਵੱਧ ਹੋ ਜਾਂਦਾ ਸੀ ਤਾਂ ਆਪਾਂ ਨੂੰ ਕੀ ਹੁੰਦਾ ਸੀ ਵੀ ਅਗਲਾ ਜਿਹੜਾ ਆਪਣਾ ਕਾਰਡ ਬਣਨਾ ਹੁੰਦਾ ਸੀ ਉਹ ਨਹੀਂ ਬਣਨਾ ਸੀਗਾ, ਹਨਾ 6 ਮਹੀਨਿਆਂ ਤੋਂ ਵੱਧ ਸਮੇਂ ਵਾਲਿਆਂ ਲਈ। ਪਰ ਹੁਣ ਉਹਨਾਂ ਨੇ ਚਲੋ ਇਹ ਵਧੀਆ ਕੀਤਾ ਵੀ ਆਪਾਂ 6 ਮਹੀਨੇ ਤੋਂ ਵੱਧ ਕੋਈ ਕਿਸੇ ਨੂੰ ਕੋਈ ਜ਼ਰੂਰੀ ਕੰਮ ਪੈ ਜਾਂਦਾ ਵਾ ਜਾਂ ਕੋਈ ਹੋਰ ਹਨਾ ਅਗਲਾ ਕਿਤੇ ਬਾਹਰ ਵੀ ਤੁਸੀਂ ਕੰਮ ਕਰਨ ਚਲੇ ਜਾਂਦੇ ਹੋ, ਤੁਹਾਨੂੰ ਕਿਤੇ ਬਾਹਰ ਵਧੀਆ ਜੋਬ ਮਿਲ ਜਾਂਦੀ ਹੈ, ਜਰਮਨੀ ਵੀ ਅਗਲਾ ਚੱਲ 5-6 ਮਹੀਨੇ ਉੱਧਰ ਲਾਏ ਹੁੰਦੇ ਆ ਵੀ ਫਿਰ ਇੱਥੇ ਆ ਜਾਂਗੇ। ਤੇ ਹੁਣ ਇਹਨਾਂ ਨੇ ਜਾਣੀ ਇਹ ਸੌਖਾ ਕਰਤਾ ਵੀ ਤੁਸੀਂ ਆਰਾਮ ਨਾਲ 6 ਮਹੀਨੇ ਕਿਤੇ ਵੀ ਰੈਸਟ ਕਰ ਸਕਦੇ ਹੋ ਜਾਂ ਘੁੰਮਣ ਜਾ ਸਕਦੇ ਹੋ, ਤੇ ਆ ਕੇ ਫਿਰ ਉੱਥੇ ਜਿਹੜਾ ਨਵਾਂ ਕਾਰਡ ਅਪਲਾਈ ਕਰ ਸਕਦੇ ਹੋ ਸਪੇਨ ਦੇ ਵਿੱਚ ਆ ਕੇ। ਤੇ ਇੰਨੀ ਕੁ ਨਿਊਜ਼ ਜਾਣੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਠੀਕ ਆ ਜੀ, ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।